ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵੱਡੀ ਖਬਰ ਦੇ ਦਈਏ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਸਹਾਇਕ ਹਰਜੋਤ ਸਿੰਘ ਦੀ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚੋਂ ਲਾਸ਼ ਮਿਲੀ ਹੈ ਔਰ ਦੱਸਿਆ ਜਾ ਰਿਹਾ ਕਿ ਉਹ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੇ। ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਵੇ ਤਸਵੀਰਾਂ। ਇਹ ਸਪੋਟ ਦੀਆਂ ਤਸਵੀਰਾਂ ਨੇ ਜਿੱਥੋਂ ਅੱਜ ਸਵੇਰੇ ਹਰਜੋਤ ਸਿੰਘ ਦੀ ਲਾਸ਼ ਜਿਹੜੀ ਹੈ ਉਹ ਨਹਿਰ ਦੇ ਪਾਣੀ 'ਚੋਂ ਮਿਲੀ ਹੈ ਔਰ ਜਿੱਥੋਂ ਤੱਕ ਪੁਲਿਸ ਦਾ ਕਹਿਣਾ ਹੈ ਕਿ ਬੀਤੀ ਰਾਤ ਉਹਨਾਂ ਦੀ ਸਕਾਰਪੀਓ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਇਸ ਸਪੋਟ ਤੋਂ ਕਰੀਬ 1 ਕਿਲੋਮੀਟਰ ਪਿੱਛੇ, ਅਤੇ ਗੱਡੀ ਨਹਿਰ ਦੇ ਵਿੱਚ ਡਿੱਗ ਪਈ। ਗੱਡੀ ਰਾਤ ਕੱਢ ਲਈ ਗਈ ਸੀ ਪਰ ਜਿਹੜਾ ਸੀ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਇਸ ਗੱਡੀ ਦਾ ਸਵਾਰ ਬਚ ਗਿਆ ਹੋਵੇਗਾ ਅਤੇ ਮੋਬਾਈਲ ਫੋਨ ਗੱਡੀ ਦੇ ਵਿੱਚੋਂ ਬਰਾਮਦ ਹੋਇਆ ਅਤੇ ਹੁਣ ਪਤਾ ਲੱਗਾ ਜਦੋਂ ਉਸਦੀ ਲਾਸ਼ ਉੱਪਰ ਆਈ ਪਾਣੀ ਦੇ ਵਿੱਚ ਲਾਸ਼ ਬਾਹਰ ਕੱਢੀ ਗਈ ਹੈ ਔਰ ਹਰਜੋਤ ਸਿੰਘ ਵਜੋਂ ਉਸਦੀ ਸ਼ਨਾਖਤ ਹੋਈ ਹੈ ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਰਹੇ ਨੇ ਔਰ ਉਹਨਾਂ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਹਰਜੋਤ ਸਿੰਘ ਦੀ ਜਿਹੜੀ ਹੈ ਉਹ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ। ਜ਼ਿਆਦਾ ਜਾਣਕਾਰੀ ਲਈ ਅਸੀਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰ ਲੈਂਦੇ ਹਾਂ ਜੋ ਮੌਕੇ 'ਤੇ ਮੌਜੂਦ ਨੇ। ਬਠਿੰਡਾ ਪੁਲਿਸ ਨੇ ਜਿਹੜੀ ਆ ਉਹ ਲਾਸ਼ ਬਰਾਮਦ ਕਰਕੇ ਜਿਹੜੀ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਗੱਲ ਕਰਦੇ ਹਾਂ ਸਰ, ਕੀ ਹੋਇਆ ਇਹ, ਕੀ ਮਾਮਲਾ ਸਾਹਮਣੇ ਆਇਆ ਜੀ? ਇਹਦੀ ਪੜਤਾਲ ਕਰ ਰਹੇ ਹਾਂ ਜੀ। ਕੱਲ੍ਹ ਸ਼ਾਮੀ ਪਤਾ ਲੱਗਿਆ ਸੀਗਾ ਗੱਡੀ ਇੱਥੇ ਨਹਿਰ ਦੇ ਉੱਤੇ ਜਾ ਰਹੀ ਸੀਗੀ, ਇੱਕ ਸਕੋਰਪੀਓ ਗੱਡੀ ਵਿੱਚ ਡਿੱਗ ਗਈ ਸੀਗੀ ਨਹਿਰ ਦੇ, ਅਤੇ ਉਹ ਰਾਤੀ ਕਾਫੀ ਕਢਾਈ, ਸੁਬਾਹ ਚੈੱਕ ਕੀਤਾ ਅਤੇ ਇੱਥੇ ਡੈੱਡ ਬੋਡੀ ਮਿਲੀ ਹੈ ਜੀ। ਰਾਤ ਤੁਹਾਨੂੰ ਮਤਲਬ ਇਹ ਲੱਗ ਰਿਹਾ ਸੀ ਵੀ ਸ਼ਾਇਦ ਕੋਈ ਰਾਤ ਸ਼ਾਇਦ ਇਹ ਸੀਗਾ ਜੀ, ਉੱਥੋਂ ਆਸੇ ਪਾਸੇ ਤੋਂ ਪੜਤਾਲ ਤੋਂ ਇਹ ਲੱਗਿਆ ਸੀ ਵੀ ਬੰਦਾ ਨਿਕਲ ਗਿਆ ਜੀ। ਇਸ ਦੀ ਸ਼ਨਾਖਤ ਜਿਹੜੀ ਹੈ ਕਿਸ ਸ਼ਖਸ ਵਜੋਂ? ਇਹ ਹਰਜੋਤ ਸਿੰਘ ਵੱਲੋਂ ਹੋਈ ਹੈ ਜੀ। ਹਰਜੋਤ ਸਿੰਘ ਸਨੋਹ ਗੁਰਜੰਟ ਸਿੰਘ ਵਾਸੀ ਬਾਦਲ ਵੱਲੋਂ ਜੀ, ਬਾਦਲ ਪਿੰਡ। ਸੋ ਦੱਸ ਦਈਏ ਕਿ ਹਰਜੋਤ ਸਿੰਘ ਬਾਦਲ ਪਿੰਡ ਦਾ ਹੀ ਰਹਿਣ ਵਾਲਾ ਸੀ ਔਰ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਸੀ ਔਰ ਨਿੱਜੀ ਸਹਾਇਕ ਵਜੋਂ ਬੀਤੇ ਲੰਬੇ ਸਮੇਂ ਤੋਂ ਕੰਮ ਕਰਦੇ ਸੀ। ਇਸ ਖਬਰ 'ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ।